ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਚੜ੍ਹਦੇ ਪੰਜਾਬ ਦੀ ਟੀਮ ਵੱਲੋਂ ਅੱਜ ਇੱਕ ਇਤਿਹਾਸਿਕ ਸਥਾਨ ਗੁਰੂ ਘਰ ਜਿਹੜਾ ਬੁੱਢਾ ਜੋਹੜ ਦੇ ਵਿੱਚ ਅਸੀਂ ਆਏ ਹਾਂ, ਅਤੇ ਇੱਥੋਂ ਦਾ ਜਿਹੜਾ ਇਤਿਹਾਸ ਹੈ ਉਹਦੇ ਨਾਲ ਨਾਲ ਇੱਕ ਇੱਥੇ ਜਿਹੜੇ ਗੌਰਮੈਂਟ ਨੇ, ਰਾਜਸਥਾਨ ਗੌਰਮੈਂਟ ਨੇ ਜਿਹੜਾ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਹੈ ਵਿਰਾਸਤ ਏ ਖਾਲਸਾ ਦਾ, ਅੱਜ ਅਸੀਂ ਤੁਹਾਨੂੰ ਉਹਦੇ ਬਾਰੇ ਪੂਰੀ ਵਿਸਤਾਰ ਦੇ ਨਾਲ ਜਾਣਕਾਰੀ ਦੇਵਾਂਗੇ ਅਤੇ ਉਹਦੇ ਦਰਸ਼ਨ ਕਰਾਵਾਂਗੇ। ਅਤੇ ਆਓ ਅਸੀਂ ਚੱਲਦੇ ਹਾਂ ਵਿਰਾਸਤ ਏ ਖਾਲਸਾ ਦੇ ਵਿੱਚ, ਅਤੇ ਤੁਹਾਨੂੰ ਅਸੀਂ ਦਿਖਾਉਂਦੇ ਹਾਂ। ਇਹ ਹੈ ਜੀ ਮੇਨ ਐਂਟਰੈਂਸ ਜਿਹੜੀ ਹੈ ਵਿਰਾਸਤ ਏ ਖਾਲਸਾ ਦੀ, ਬਹੁਤ ਹੀ ਖੂਬਸੂਰਤ ਇੱਕ ਰਾਜਸਥਾਨ ਦੇ ਜਿਹੜਾ ਆ ਉਸ ਤਰੀਕੇ ਦੇ ਨਾਲ ਬਣਾਈ ਹੋਈ ਹੈ। ਅਤੇ ਇੱਧਰ ਹਜੇ ਜਿਹੜਾ ਪਾਰਕਿੰਗ ਜਿਹੜੀ ਹੈ ਬਹੁਤ ਜਗ੍ਹਾ ਖਾਲੀ ਪਈ ਹੈ, ਜਿੱਥੇ ਇੱਕ ਪਾਰਕ ਬਣਾਇਆ ਜਾਊਗਾ, ਜਿੱਥੇ ਬੂਟੇ ਬਾਟੇ ਵਗੈਰਾ ਜਾਂ ਹੋਰ ਹਰਿਆ ਭਰਿਆ ਉਹ ਲਗਾ ਕੇ, ਤਾਂ ਇਹ ਖੂਬਸੂਰਤ ਜਿਹੜੀ ਬਿਲਡਿੰਗ ਉਹ ਤਿਆਰ ਹੋ ਚੁੱਕੀ ਹੈ। ਅਤੇ ਇਹਦਾ ਜਿਹੜਾ ਉਦਘਾਟਨ ਹੈ, ਜਿਹੜਾ ਸ਼ੁਰੂਆਤ ਜਿਹੜੀ ਸੀਗੀ ਉਹ BJP ਦੀ ਸਰਕਾਰ ਦੇ ਵਿੱਚ ਵਸੁੰਧਰਾ ਰਾਜੇ ਨੇ ਕੀਤੀ ਸੀ, ਕਿਉਂਕਿ ਵਸੁੰਧਰਾ ਰਾਜੇ ਜਿਹੜਾ ਹੈ ਉਹ ਪੰਜਾਬ ਦੇ ਇਤਿਹਾਸ ਦੇ ਨਾਲ ਬਹੁਤ ਜੁੜ ਕੇ ਜਿਹੜਾ ਹੈ ਉਹਨਾਂ ਮਤਲਬ ਜ਼ਿਆਦਾ ਬੜਾ ਇੰਟਰਸਟ ਰੱਖਦੇ ਸੀਗੇ। ਉਹਨਾਂ ਨੇ ਪੰਜਾਬੀ ਦੇ ਪੰਜਾਬ ਦੇ ਇਤਿਹਾਸ ਨੂੰ ਜਿਹੜਾ ਹੈ ਉਹ ਅੱਗੇ ਲਿਆਉਣ ਦੀ ਬਹੁਤ ਕੋਸ਼ਿਸ਼ ਕੀਤੀ। ਤਾਂ ਉਸ ਤੋਂ ਬਾਅਦ ਇੱਥੇ ਤੁਸੀਂ ਜਿਹੜਾ ਅਸੀਂ ਐਂਟਰ ਕਰ ਰਹੇ ਹਾਂ, ਇਹ ਹੈ ਜੀ ਇੱਥੇ ਟਿਕਟ ਘਰ 10 ਰੁਪਏ ਦੀ ਟਿਕਟ ਲੱਗਦੀ ਹੈ, ਇੱਥੇ ਟਿਕਟ ਕਟਾਉਣੀ ਪੈਂਦੀ ਹੈ, ਉਸ ਤੋਂ ਬਾਅਦ ਅਸੀਂ ਐਂਟਰ ਸਿਟੀ ਅੰਦਰ ਆ ਜਾਵਾਂਗੇ। ਤਾਂ ਇੱਥੋਂ ਪਹਿਲੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਦੀਆਂ ਸਾਰੀਆਂ ਜਿਹੜੇ ਸਰੂਪ ਜਿਹੜੇ ਉਹ ਲੱਗੇ ਹੋਏ ਨੇ। ਅਤੇ ਐਂਟਰਸ ਦੇ ਵਿੱਚ 10ਵੇਂ ਪਾਤਸ਼ਾਹ ਦੀ ਫੋਟੋ ਹੈ ਅਤੇ ਗੁਰੂ ਨਾਨਕ ਦੇਵ ਜੀ ਫੋਟੋ ਹੈ। ਤਾਂ ਹੁਣ ਤੁਸੀਂ ਇੱਥੇ ਦੇਖ ਸਕਦੇ ਹੋ, ਦੇਖੋ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ, ਤਾਂ ਉਸ ਤੋਂ ਬਾਅਦ ਦੂਜੇ ਪਾਤਸ਼ਾਹ, ਤੀਜੇ ਪਾਤਸ਼ਾਹ, ਚੌਥੇ ਪਾਤਸ਼ਾਹ, ਉਹ 10 ਪਾਤਸ਼ਾਹਾਂ ਦੇ ਜਿਹੜੇ ਸਰੂਪ ਨੇ ਜਿਹੜੇ ਉਹ ਇਹਦੇ ਵਿੱਚ ਤੁਹਾਨੂੰ ਨਜ਼ਰ ਆਉਣਗੇ। ਤਾਂ ਉਸ ਤੋਂ ਬਾਅਦ ਅੱਗੇ ਜਿਹੜਾ ਬੜਾ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਇੱਕ ਜਿਹੜਾ ਬਿਲਡਿੰਗ ਦੇ ਅੰਦਰ ਇਸ ਤਰੀਕੇ ਦਾ ਸਿਸਟਮ ਬਣਾਇਆ ਹੋਇਆ ਕਿ ਜਦੋਂ ਅਸੀਂ ਜਿਵੇਂ ਹੁਣ 10ਵੇਂ ਪਾਤਸ਼ਾਹ ਦੇ ਜਿਹੜੇ ਸਰੂਪ ਜਿਹੜੇ ਆ ਉਹਨਾਂ ਦਾ ਵਰਣਨ ਕੀਤਾ ਹੋਇਆ, ਥੱਲੇ ਨਾਮ ਵਗੈਰਾ ਸਾਰਾ ਲਿਖਿਆ ਹੋਇਆ, ਤਾਂ ਉਹ ਉਸ ਤੋਂ ਬਾਅਦ ਦੇਖੋ ਜਦੋਂ ਅਸੀਂ ਅਗਲੇ 'ਚ ਚੱਲਦੇ ਹਾਂ ਤਾਂ ਮਤਲਬ ਇੱਕ ਇਸ ਤਰੀਕੇ ਦੇ ਨਾਲ ਬਿਲਡਿੰਗ ਬਣਾਈ ਹੋਈ ਹੈ ਕਿ ਉਹਦਾ ਪਾਰਟ ਹੀ ਬਦਲ ਜਾਂਦਾ ਸਾਰਾ। ਇੱਥੇ ਗੁਰੂ ਸਾਹਿਬ ਦਾ ਸਾਰਾ ਜਿਹੜਾ ਗੁਰੂ ਤੇਗ ਬਹਾਦਰ ਜੀ ਦਾ ਜਾਂ ਹੋਰ ਸਾਡੇ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਉਪਦੇਸ਼ ਨੇ, ਤਾਂ ਉਹ ਸਾਰੇ ਇਹਦੇ ਵਿੱਚ ਸਾਰੇ ਦਿੱਤੇ ਗਏ ਹਨ। ਅਤੇ ਇਸ ਤੋਂ ਬਾਅਦ ਜਿਹੜਾ ਆ ਅੱਗੇ ਜਿਵੇਂ ਵੀ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਜਿਵੇਂ ਵੀ ਹੈ ਸਾਡੇ ਸਿੱਖੀ ਇਤਿਹਾਸ ਦੇ ਨਾਲ ਜੁੜੇ ਹੋਏ ਹੈ, ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਹੋਈਆਂ ਨੇ, ਉਹਨਾਂ ਦਾ ਸਾਰਾ ਜਿਹੜਾ ਆ ਇੱਥੇ ਜਿਹੜਾ ਇਤਿਹਾਸ ਜਿਹੜਾ ਆ ਉਹ ਦਿੱਤਾ ਗਿਆ ਹੈਗਾ। ਅਤੇ ਇੱਕ ਇੱਕ ਜਿਹੜੀ ਹੈ ਇਤਿਹਾਸ ਦੇ ਵਿੱਚ ਬੜੇ ਵਧੀਆ ਤਰੀਕੇ ਦੇ ਨਾਲ ਉੱਤੇ ਹਿੰਦੀ ਦੇ ਵਿੱਚ ਅਤੇ ਇੰਗਲਿਸ਼ ਦੇ ਵਿੱਚ ਪੰਜਾਬੀ 'ਚ ਲਿਖਿਆ ਹੋਇਆ ਤੁਸੀਂ ਦੇਖ ਸਕਦੇ ਹੋ। ਤਾਂ ਇਹ ਭਾਈ ਮਤੀ ਦਾਸ ਜੀ ਹੈ ਜਿਵੇਂ, ਅਤੇ ਇਸ ਮਤਲਬ ਹਰ ਚੀਜ਼ ਤੁਹਾਨੂੰ ਉੱਥੇ ਤੁਸੀਂ ਪੜ੍ਹ ਕੇ ਤਾਂ ਤੁਹਾਨੂੰ ਨਜ਼ਰ ਆਊਗੀ। ਗੁਰੂ ਤੇਗ ਬਹਾਦਰ ਜੀ ਦਾ ਪੂਰਾ ਇਤਿਹਾਸ ਜਿਹੜਾ ਇਹਦੇ 'ਤੇ ਜਿਹੜਾ ਦਰਸਾਇਆ ਗਿਆ, ਇਹ ਸਾਡੇ ਸਿੱਖਾਂ ਵਾਸਤੇ ਬੜੀ ਇੱਕ ਮਾਣ ਵਾਲੀ ਗੱਲ ਹੈ, ਕਿਉਂਕਿ ਰਾਜਸਥਾਨ ਜਿਹੜੀ ਗੌਰਮੈਂਟ ਨੇ ਇੱਥੇ ਵਿਰਾਸਤ ਏ ਖਾਲਸਾ ਦੇ ਵਿੱਚ ਪਹਿਲ ਦਿੱਤੀ ਹੋਈ ਹੈ। ਦੇਖੋ ਬੜੇ ਵਧੀਆ ਤਰੀਕੇ ਦੇ ਨਾਲ ਦਰਸਾਇਆ ਗਿਆ ਹੈ ਨਾ ਵੀ ਕਿਸ ਤਰੀਕੇ ਦੇ ਨਾਲ ਸਾਡੇ ਸਿੰਘਾਂ ਨੇ ਸ਼ਹੀਦੀਆਂ, ਸਾਡੇ ਗੁਰੂਆਂ ਨੇ, ਸਾਡੇ ਪੁਰਖਿਆਂ ਨੇ ਸ਼ਹੀਦੀਆਂ ਦਿੱਤੀਆਂ। ਅਤੇ ਉਸ ਤੋਂ ਬਾਅਦ ਜਿਹੜਾ ਆ ਉਹ ਸਾਰਾ ਜਿਹੜਾ ਉਹ ਇੱਥੇ ਇਹਦੇ ਇਸ ਵਿਰਾਸਤ ਏ ਖਾਲਸਾ ਦੇ ਵਿੱਚ ਤੁਹਾਨੂੰ ਪੂਰਾ ਜਿਹੜਾ ਆ ਉਹ ਨਜ਼ਰ ਆਊਗਾ। ਜਦੋਂ ਤੁਸੀਂ ਇਹਦੇ ਵਿੱਚ ਜਦੋਂ ਤੁਸੀਂ ਦੇਖਣ ਆਓਗੇ ਤਾਂ ਤੁਹਾਨੂੰ ਜਿਹੜੀ ਆ ਹਕੀਕਤ ਜਿਹੜੀ ਆ ਉਹ ਅੱਖਾਂ ਦੇ ਸਾਹਮਣੇ ਬਿਲਕੁਲ ਨਜ਼ਰ ਆਊਗੀ।
ਕਿਉਂਕਿ ਇੱਥੇ ਜਿਹੜਾ ਆ ਉਹ ਬਿਲਕੁਲ ਮਹਿਸੂਸ ਹੁੰਦਾ ਸਾਨੂੰ ਗੁਰੂ ਸਾਹਿਬ ਦੇ ਜਿਹੜੇ ਜਿੰਨੇ ਵੀ ਇਹਨਾਂ ਨੇ ਗੁਰੂ ਸਾਹਿਬ ਦੇ ਕਰਤੱਵ ਕੀਤੇ ਹੋਏ ਸੀ ਜਾਂ ਗੁਰੂ ਸਾਹਿਬ ਨੇ ਜਿਵੇਂ ਵੀ ਸਾਡੇ ਸਿੱਖੀ ਨੂੰ ਖਾਲਸਾ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਜਿਵੇਂ ਵੀ ਖਾਲਸਾ ਸਾਡਾ ਬਣਾਇਆ ਉਹ ਪੂਰੇ ਦਾ ਪੂਰਾ ਜਿਹੜਾ ਆ ਉਹ ਦਸੇ ਗੁਰੂਆਂ ਦਾ ਦੇ ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਇਤਿਹਾਸ ਜਿਹੜਾ ਆ ਉਹ ਇਸੇ ਵਿਰਾਸਤ ਏ ਖਾਲਸਾ ਦੇ ਵਿੱਚ ਇਹਨਾਂ ਨੇ ਬੜੇ ਤਰੀਕੇ ਦੇ ਨਾਲ ਦੱਸਿਆ ਗਿਆ। ਜਾਂ ਜੇ ਗੁਰੂ ਸਾਹਿਬ ਜੰਗ ਲੜ ਰਹੇ ਨੇ, ਗੁਰੂ ਸਾਹਿਬ ਉਸੇ ਤਰੀਕੇ ਨਾਲ ਜੰਗ ਲੜਦੇ ਹੋਏ ਦਿਖਾਏ, ਸਾਹਿਬਜ਼ਾਦਿਆਂ ਦਾ ਸਾਰਾ ਜਿਹੜਾ ਆ ਉਹ ਇਤਿਹਾਸ ਦੱਸਿਆ। ਅਤੇ ਬੜਾ ਵਧੀਆ, ਅਸੀਂ ਇਸ ਗੌਰਮੈਂਟ ਦਾ ਧੰਨਵਾਦ ਵੀ ਕਰਦੇ ਹਾਂ ਕਿਉਂਕਿ BJP ਦੇ ਵਿੱਚ ਵਸੁੰਧਰਾ ਰਾਜੇ ਨੇ ਇਹਨਾਂ ਦਾ ਸ਼ੁਰੂਆਤ ਕੀਤੀ ਸੀ ਅਤੇ ਗਹਿਲੋਤ ਸਰਕਾਰ ਨੇ ਇਹਦਾ ਆਣ ਕੇ ਜਿਹੜਾ ਆ ਸ਼ੁਭਾਰੰਭ ਕੀਤਾ, ਓਪਨਿੰਗ ਕੀਤੀ ਹੈ। ਤਾਂ ਇਹਨਾਂ ਨੇ ਜਿਹੜਾ ਆ ਉਹ ਜਿਹੜੇ ਸੰਗਤ ਦੇ ਜਿਹੜਾ ਦਰਸ਼ਨ ਦੇ ਹਵਾਲੇ ਕੀਤੇ ਆ ਸਾਡੇ ਗੁਰੂ ਸਾਹਿਬ ਦਾ। ਜਦੋਂ ਇੱਥੇ ਜਿਹੜੇ ਹਿੰਦੂ ਨੇ ਜਾਂ ਮੁਸਲਮਾਨ ਨੇ ਜਿਹੜੇ ਵੀ ਇੱਥੇ ਦੇ ਲਾਗੇ ਬੰਨੇ ਰਹਿੰਦੇ ਨੇ, ਜਦੋਂ ਵੀ ਕੋਈ ਮੱਸਿਆ ਲੱਗਦੀ ਹੈ, ਕਿਉਂਕਿ ਮੱਸੇ ਰੰਗੜ ਦਾ ਸੁੱਖਾ ਸਿੰਘ ਮਹਤਾਬ ਸਿੰਘ ਜਦੋਂ ਸਿਰ ਲੈ ਕੇ ਆਏ ਸੀ ਤਾਂ ਉਹਦੀ ਇੱਥੇ ਮੱਸਿਆ ਲੱਗਦੀ ਹੈ। ਅਤੇ ਜਦੋਂ ਵੀ ਮੱਸਿਆ ਦਾ ਦਿਹਾੜਾ ਹੁੰਦਾ ਤਾਂ ਜਿਹੜੀ ਲਾਗੇ ਲਾਗੇ ਜਿਹੜੀ ਸੰਗਤ ਆ ਸਾਰੀ ਆਉਂਦੀ ਹੈ, ਚਾਹੇ ਉਹ ਹਿੰਦੂ ਹੈ ਚਾਹੇ ਮੁਸਲਮਾਨ ਹੈ ਚਾਹੇ ਸਿੱਖ ਹੈ। ਤਾਂ ਉਹ ਜਦੋਂ ਆਣ ਕੇ ਇਸ ਵਿਰਾਸਤ ਏ ਖਾਲਸਾ ਦੇ ਵਿੱਚ ਜਦੋਂ ਆਣ ਕੇ ਦੇਖਦੇ ਆ ਤਾਂ ਜਿਹੜਾ ਸਿੰਘਾਂ ਦਾ ਇਤਿਹਾਸ ਆ ਜਿਹੜਾ ਉਹਨਾਂ ਨੂੰ ਪੂਰਾ ਜਿਹੜਾ ਉਹ ਪਤਾ ਲੱਗਦਾ। ਅਤੇ ਇਹ ਗੁਰੂ ਸਾਹਿਬ ਦਾ ਨੰਦੇੜ ਸਾਹਿਬ ਦੇ ਵਿੱਚ ਵੀ ਜਿਹੜਾ ਆ ਜਦੋਂ ਗਏ ਸੀਗੇ ਉੱਥੋਂ ਦਾ ਇਤਿਹਾਸ ਵੀ ਇਹਦੇ ਵਿੱਚ ਜਿਹੜਾ ਆ ਉਹ ਦਿਖਾਇਆ ਗਿਆ। ਇੱਕ ਇੱਕ ਮਤਲਬ ਵਧੀਆ ਤਰੀਕੇ ਦੇ ਨਾਲ ਇਤਿਹਾਸ ਜਿਹੜਾ ਆ ਉਹ ਦੱਸਿਆ ਹੋਇਆ ਅਤੇ ਹਰ ਚੀਜ਼ ਨੂੰ ਇੱਕ ਵਧੀਆ ਕਲਾ ਮਤਲਬ ਤਰੀਕੇ ਦੇ ਨਾਲ ਜਿਹੜਾ ਉਹ ਇਹਦੇ ਵਿੱਚ ਦਰਸਾਇਆ ਗਿਆ। ਨੰਦੇੜ ਸਾਹਿਬ ਦੇ ਅੰਤਿਮ ਦਰਸ਼ਨਾਂ ਦਾ ਵੀ ਦੇਖੋ ਗੁਰੂ ਸਾਹਿਬ ਦਾ ਜਿਹੜਾ ਇਹਦੇ ਵਿੱਚ ਦੱਸਿਆ ਗਿਆ। ਅਤੇ ਬਹੁਤ ਸਾਨੂੰ ਵਧੀਆ ਲੱਗਿਆ ਜਦੋਂ ਅਸੀਂ ਇੱਥੇ ਆਏ ਕਿ ਅਸੀਂ ਇੱਥੋਂ ਦਾ ਜਦੋਂ ਜਾਂ ਵਿਰਾਸਤ ਏ ਖਾਲਸਾ ਦੇ ਵਿੱਚ ਜਦੋਂ ਦੇਖਿਆ ਇਤਿਹਾਸ, ਮੱਸੇ ਰੰਗੜ ਨੇ ਜਦੋਂ ਮੱਸੇ ਰੰਗੜ ਦਾ ਸਿਰ ਵੱਢ ਕੇ ਜਦੋਂ ਸੁੱਖਾ ਸਿੰਘ ਮਹਤਾਬ ਸਿੰਘ ਲੈ ਕੇ ਆਏ, ਉਹਨਾਂ ਦਾ ਵੀ ਜਿਹੜਾ ਆ ਪੂਰਾ ਇਤਿਹਾਸ ਜਿਹੜਾ ਆ ਉਹ ਵਧੀਆ ਤਰੀਕੇ ਦੇ ਨਾਲ ਇਹਦੇ ਵਿੱਚ ਦੱਸਿਆ ਗਿਆ। ਅਤੇ ਇਹ ਹਜੇ ਅਧੂਰਾ ਹੈਗਾ ਕਿਉਂਕਿ ਇਹਦੇ 'ਤੇ ਹਜੇ ਕੰਮ ਚੱਲ ਰਿਹਾ, ਗੌਰਮੈਂਟ ਇਹਦੇ 'ਤੇ ਹੋਰ ਵੀ ਅੱਗੇ ਜਿਹੜਾ ਆ ਉਹ ਜ਼ੋਰ ਲਾ ਰਹੀ ਹੈਗੀ ਕਿ ਇਸ ਨੂੰ, ਕਿਉਂਕਿ ਇਹਦੇ 'ਚ ਕਹਿੰਦੇ ਵੀ LED ਵਗੈਰਾ ਜਿਹੜੀ ਹੈ ਮਿਊਜ਼ਿਕ ਸਿਸਟਮ ਜਿਹੜਾ ਉਹ ਵਧੀਆ ਤਰੀਕੇ ਦੇ ਨਾਲ ਲੱਗੂਗਾ ਤਾਂ ਕਿ ਜਿਹੜਾ ਆ ਉਹ ਜਿਹੜਾ ਇਹਦੇ ਨਾਲ ਨਾਲ ਜਿਹੜੀਆਂ LED ਜਿਹੜੀਆਂ ਜਿੱਦੀਆਂ ਵੀ ਨੇ ਉਹਦੇ 'ਤੇ ਵੀ ਜਿਹੜਾ ਸਾਡਾ ਇਤਿਹਾਸ ਜਿਹੜਾ ਗੁਰੂ ਸਿੱਖਾਂ ਦਾ ਉਹ ਦਿਖਾਇਆ ਜਾਊਗਾ। ਤਾਂ ਬਹੁਤ ਹੀ ਜਿਹੜੀ ਅੰਦਰ ਟੀਮ ਹੈ ਜਿਹੜੀ ਟਿਕਟਾਂ ਵਗੈਰਾ ਜਿਹੜੇ ਦਿੰਦੇ ਨੇ ਜਾਂ ਹੋਰ ਹੈ ਜਿਹਦੀ ਮੈਨੇਜਮੈਂਟ ਟੀਮ ਹੈ ਬੜੀ ਵਧੀਆ ਟੀਮ ਹੈ, ਉਹ ਬੜੇ ਖੁਸ਼ ਹੁੰਦੇ ਨੇ ਜਦੋਂ ਇੱਥੇ ਲੋਕ ਆਉਂਦੇ ਨੇ। ਉਹ ਕਹਿੰਦੇ ਵੀ ਅਸੀਂ ਸਾਨੂੰ ਮਾਣ ਹੈ ਵੀ ਸਿੱਖਾਂ ਦਾ ਜਿਹੜਾ ਇਤਿਹਾਸ ਜਿਹੜਾ ਇੱਥੇ ਜਿਹੜਾ ਦੱਸਿਆ ਹੋਇਆ। ਤਾਂ ਇਹ ਸਾਡੇ ਸਿੱਖਾਂ ਵਾਸਤੇ ਵੀ ਮਾਣ ਹੈ। ਅਤੇ ਜਦੋਂ ਮੈਂ ਦੇਖ ਕੇ ਇੰਨਾ ਮਨ ਖੁਸ਼ ਹੋਇਆ ਕਿ ਮੈਂ ਦੇਖੋ ਰਹਿ ਨਹੀਂ ਪਾਇਆ, ਮੈਂ ਪੂਰੀ ਵੀਡੀਓ ਜਿਹੜੀ ਹੈ ਉਹ ਇਹਦੀ ਬਣਾਈ। ਵੀਡੀਓ ਦੱਬ ਕੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਜਿਹੜੀ ਸਾਡੀ ਸਾਰੀ ਸੰਗਤ ਨੂੰ ਪਤਾ ਲੱਗ ਸਕੇ ਇਤਿਹਾਸ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।